ਆਹ ਜਗ੍ਹਾ ਜਿਹੜਾ ਅਤੇ ਆਹ ਨਜ਼ਾਰਾ ਇਹ ਪੰਜਾਬ 'ਚ ਹੀ ਹੈ। ਬਾਹਰ ਤਾਂ ਮੈਂ ਹਜੇ ਤੱਕ ਇਹੋ ਜਿਹਾ ਦੇਖਿਆ ਨਹੀਂ ਵੀ ਤੁਸੀਂ ਪਾਣੀ ਹੈ, ਪਾਣੀ ਦੇ ਵਿੱਚ ਉੱਤਰ ਜਾਂਦੇ ਹੋ, ਗੱਡੀ ਚਲਾਉਂਦੇ ਹੋ, ਹਜੇ ਤੱਕ ਮੇਰਾ ਐਕਸਪੀਰੀਅੰਸ ਇਹੋ ਜਿਹਾ ਰਿਹਾ ਨਹੀਂ ਹੈ। ਇੱਥੇ ਕੀ ਆ ਵੀ ਇਹਨੂੰ ਖੱਡ ਕਹਿ ਦਿੰਦੇ ਆ ਜਾਂ ਕਹਿ ਲਈਏ ਚੋ ਕਹਿ ਲਓ, ਕੁਛ ਕਹਿ ਲਓ, ਅਤੇ ਆਫ ਰੋਡਿੰਗ ਦੇ ਵਿੱਚ ਐਂ ਕਾਰ ਚੱਲਦੀ ਹੈ ਪਾਣੀ ਦੇ ਵਿੱਚ। ਕਿਆ ਮਾਹੌਲ ਆ, ਬਾਂਸ ਦੇ ਵੱਡੇ ਵੱਡੇ ਦਰਖਤ ਆ, ਅਤੇ ਕਿਤੇ ਦੂਰ ਨਹੀਂ ਜਾਣਾ ਪੈਂਦਾ ਬਾਈ ਜੀ। ਫਿਰ ਦੱਸਦੇ ਆ ਇਹ ਜਗ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ ਜੀ, ਹੁਸ਼ਿਆਰਪੁਰ ਪੰਜਾਬ ਦੇ ਵਿੱਚ। ਆਪਣੇ ਟੂਰਿਜ਼ਮ ਨੂੰ ਡਿਵੈਲਪ ਕਰੀਏ ਅਤੇ ਇੱਥੇ ਆਉਣਾ ਸ਼ੁਰੂ ਕਰੀਏ, ਬਹੁਤ ਅੱਛੀ ਜਗ੍ਹਾ। ਇਹ 6 ਕਿਲੋਮੀਟਰ ਤੱਕ ਕਹਿੰਦੇ ਇੱਦਾਂ ਹੀ ਜਾਣਾ, ਅੱਗੇ ਖੁੱਲ੍ਹਾ ਏਰੀਆ ਆ ਜਾਣਾ, ਫਿਰ ਅੱਗੇ ਜਾ ਕੇ ਤੁਸੀਂ ਯੂ ਟਰਨ ਲੈਣਾ, ਲੈ ਸਕਦੇ ਹੋ, ਬਹਿਣਾ ਬਹਿ ਸਕਦੇ ਹੋ। ਸ਼ਾਮ ਦੇ 6 ਵਜੇ ਤੱਕ ਇਹ ਤੁਹਾਡਾ ਜਿਹੜਾ ਇਹ ਰੋਡ ਖੁੱਲ੍ਹਾ, ਅਤੇ ਅਸੀਂ ਜਿੱਥੋਂ ਉਹ ਐਂਟਰੀ ਕੀਤੀ ਉੱਥੇ 300 ਰੁਪਈਆ ਅਸੀਂ ਦਿੱਤਾ ਇਹਦਾ ਜਾਣ ਦਾ, 300 ਰੁਪਈਜ਼ ਲੱਗਦੇ ਆ 4-wheeler ਦੇ, ਅਤੇ ਜੇ ਤੁਹਾਡੇ ਕੋਲ ਬਾਈਕ ਆ ਜਾਂ ਸਕੂਟੀ ਆ ਜਾਂ ਕੁਛ ਵੀ ਹੈ ਫਿਰ ਤੁਸੀਂ 100 ਰੁਪਈਆ ਦੇਣਾ ਸੀ, ਫਿਰ 100 ਰੁਪਇਆ ਦੇਣਾ। ਜਗ੍ਹਾ ਦਾ ਨਾਂ ਹੈ ਕੁੱਕਾਨੇਤ, ਅਤੇ ਜ਼ਿਲ੍ਹਾ ਹੁਸ਼ਿਆਰਪੁਰ, ਸੂਹਾ ਫੋਰੈਸਟ ਰੇਂਜ। ਨਜ਼ਾਰੇ ਕਿੱਥੋਂ ਯਾਰ, ਆਹ ਤਾਂ ਮੈਂ ਨਾ ਵੀ ਕਮਾਲ ਹੋ ਗਈ ਯਾਰ, ਮੈਂ ਤਾਂ ਭੁੱਲਿਆ ਫਿਰਦਾ ਸੀ, ਇੰਨੇ ਸਾਲ ਆਪਣੀ ਉਮਰ ਹੋ ਗਈ ਹੈ, ਸਮੇਂ ਤੋਂ ਬਾਹਰ ਹੈ ਕਿ ਇੰਨੇ ਟਾਈਮ ਤੋਂ ਇੱਥੇ ਆਏ ਕਿਉਂ ਨਹੀਂ ਗਏ ਹੁਸ਼ਿਆਰਪੁਰ। ਹਾਂਜੀ ਹਾਂ, ਪੂਰਾ ਲਈ ਚੱਲ ਲਈ ਚੱਲ। ਬਾਂਸ ਦੇ ਬੜੇ ਬੜੇ ਵੱਡੇ ਵੱਡੇ ਤਰੀਕੇ ਨਾਲ ਦਰਖਤ ਬਣੇ ਪਏ ਆ, ਪਤਾ ਨਹੀਂ ਕਿੰਨੇ ਚਿਰ ਦੇ ਪੁਰਾਣੇ ਹੋਣੇ। ਆਹ 6 ਕਿਲੋਮੀਟਰ ਦੀ ਹੈ, 6 ਕਿਲੋਮੀਟਰ ਕਹਿੰਦਾ ਸੀਗਾ ਵੀ ਹੈਗੀ ਆ। ਮਜ਼ਾ ਇਹੋ ਜਿਹਾ ਆਇਆ ਵੀ ਵਿੱਚ ਹੀ ਫੀਲਿੰਗ ਆਉਂਦੀ ਹੈ ਕਿਤੇ ਵੀ ਅਸੀਂ ਉੱਧਰ ਨੌਰਥ ਈਸਟ ਵਾਲੇ ਪਾਸੇ ਫਿਰਦੇ ਹਾਂ।
ਪਿੱਛੇ ਫੀਲਿੰਗ ਜੀ ਸਾਨੂੰ ਐਂ ਆ ਰਹੀ ਹੈ ਵੀ ਮੈਂ ਰਣਥੰਬੌਰ ਦੇ ਜੰਗਲ 'ਚ ਫਿਰਦਾ ਪਿਆ, ਰਾਜਸਥਾਨ ਦਾ ਜਿਹੜਾ। ਉੱਥੇ ਵੀ ਇਹੋ ਜਿਹੀ ਮੈਂ ਇੱਕ ਦੋ ਵੀਡੀਓ ਦੇਖੀ ਆ ਯੂਟਿਊਬ ਦੇ ਉੱਤੇ ਕਿ ਤੁਸੀਂ ਇੱਕ ਪਾਣੀ ਦੇ ਵਿੱਚੋਂ ਲੰਘਦੀ ਆ ਕਾਰ ਤੁਹਾਡੀ ਜਾਂ ਜੋ ਵੀ ਆਪਣੀ ਹੁੰਦੀ ਆ ਉਹ, ਉੱਥੇ ਸਫਾਰੀ ਜਿਪਸੀ ਅਤੇ ਸ਼ੇਰ ਭਾਅ ਜੀ ਅੱਗੋਂ ਦੀ ਲੰਘਦੇ ਆ, ਉਹ ਮਾਹੌਲ ਅਲੱਗ ਹੁੰਦਾ। ਪਰ ਇੱਥੇ ਸ਼ੇਰ ਭਾਅ ਜੀ ਸਾਨੂੰ ਨਾ ਹੀ ਟੱਕਰਨੇ, ਕਿਉਂਕਿ ਹੈ ਨਹੀਂ ਇੱਥੇ। ਪਰ ਰਾਤ ਨੂੰ ਇੱਥੇ ਤੇਂਦੂਆ ਕਹਿੰਦੇ ਆਮ ਹੀ ਘੁੰਮਦਾ, ਜਿਹੜਾ ਇੱਥੇ ਤੇਂਦੂਆ ਜਿਹੜਾ ਨਾ ਉਹ ਆਮ ਹੀ ਘੁੰਮਦੇ ਆ। ਇੱਥੇ ਰਾਤ ਵਾਲਾ ਸਫ਼ਰ ਬੜਾ ਰਿਸਕੀ ਹੈ, ਸ਼ਾਮ ਤੱਕ ਇਹ ਹੁੰਦਾ ਮਾਹੌਲ ਇੱਥੇ। ਅੱਛਾ ਬਾਈ ਜੀ, ਇੱਕ ਗੱਲ ਆ ਵੀ ਇਹ ਨਾ ਮਸਟ ਵਿਜ਼ਿਟਿੰਗ ਪਲੇਸ ਇਨ ਪੰਜਾਬ ਹੈ, ਜੇ ਮੇਰੇ ਪੁਆਇੰਟ ਆਫ ਵਿਊ ਤੋਂ ਦੇਖੀਏ ਨਾ ਕਿ ਬਹੁਤ ਹੀ ਅੱਛੀ ਜਗ੍ਹਾ। ਹਰੇਕ ਜਿਹੜਾ ਬੰਦਾ ਪੰਜਾਬ ਦੇ ਵਿੱਚ ਕਦੇ ਆਵੇ ਉਹਨੂੰ, ਜਾਂ ਪੰਜਾਬ 'ਚ ਰਹਿਣ ਵਾਲੇ ਬੰਦੇ ਨੂੰ ਇਹ ਪੰਜਾਬ ਦਾ ਕੋਨਾ ਘੁੰਮਣਾ ਚਾਹੀਦਾ। ਇਹ ਹੈਗਾ ਜੀ ਜਿਹੜਾ, ਇਹਦਾ ਨਾਂ ਕੂਕਾਨੇਤ, ਕੂਕਾਨੇਤ ਏਰੀਆ ਆ ਸਾਰਾ, ਧਿਆਨ ਨਾਲ ਥੋੜ੍ਹਾ ਜਿਹਾ ਨਾ ਇੱਥੋਂ। ਅਤੇ ਆਹ ਅਸੀਂ ਆਫ ਰੋਡਿੰਗ ਕਰ ਰਹੇ ਹਾਂ, ਕੂਕਾਨੇਤ ਵੱਲੀ ਨੂੰ ਇਹ ਰਾਸਤਾ ਜਾਂਦਾ, ਜਾਂ ਇਹ ਸਾਰੀ ਜਗ੍ਹਾ ਦਾ ਨਾਂ ਕੂਕਾਨੇਤ ਆ, ਆਈ ਡੋਂਟ ਨੋ। ਪਰ ਇਹ 6 ਕਿਲੋਮੀਟਰ ਦਾ ਜਿਹੜਾ ਆਫ ਰੋਡਿੰਗ ਹੈ ਸਾਡੀ, ਵਿੱਚੇ ਹੀ ਨਦੀ ਹੈ, ਪਾਣੀ ਹੈ, ਨਦੀ ਨਹੀਂ ਹੈ, ਚੋਏ ਚੋਏ ਕਹਿ ਲਈਏ ਇਹਨੂੰ, ਕੀ ਕਹਿੰਦੇ, ਚੋ ਚੋ ਕਹਿੰਦੇ ਆ, ਪਾਣੀ ਇੱਥੋਂ ਵਹਿੰਦਾ ਰਹਿੰਦਾ ਸਾਰਾ ਸਾਲ। ਅਤੇ ਮਸਟ ਵਿਜ਼ਿਟਿੰਗ ਪਲੇਸ ਹੈ, ਹਮੇਸ਼ਾ ਵਾਸਤੇ ਮੇਰੇ ਇਹ ਯਾਦਾਂ ਜਿਹੜੀਆਂ ਦਿਲ 'ਚ ਜੁੜ ਗਈਆਂ ਕਿ ਇਹ ਟੂਰ 'ਤੇ ਆਇਆ ਮੈਂ। ਇੱਧਰੋਂ ਗੋਪਾਲ ਧਿਆਨ ਨਾਲ, ਵੈਸੇ ਤਾਂ ਦੂਰ ਹੀ ਸੀ ਉਹ, ਹੁਣ ਇੱਥੇ ਪਾਣੀ ਹਟ ਗਿਆ ਹੈ ਨਾ, ਹੁਣ ਪਾਣੀ ਉਹ ਕਿੱਧਰੋਂ ਆਉਂਦਾ ਸੀ ਇੱਦੂ ਬਾਅਦ। ਚੱਲ ਚੱਲੀ ਚੱਲ ਆਪਾਂ ਅੱਗੇ ਤੱਕ, ਜਿੰਨਾ ਚਿਰ ਹੋ ਸਕੇ ਉਨ੍ਹਾਂ ਚਿਰ ਚੱਲਦੇ ਹਾਂ। ਪਰ ਆ ਬਾਂਸ ਜਿਹੜੇ ਆ ਇਹ ਰਾਸਤੇ ਵਿੱਚ ਕੁਛ ਡਿੱਗੇ ਹੁੰਦੇ ਜਿਹੜੇ, ਇਹਨਾਂ ਤੋਂ ਬਚਾ ਕੇ ਜਾਣਾ ਪੈਂਦਾ ਗੱਡੀ ਨੂੰ। ਉਹ ਕੁੱਕੜ ਫਿਰਦਾ, ਜੰਗਲੀ ਕੁੱਕੜ ਤਾਂ ਨਹੀਂ, ਜੰਗਲੀ ਹੈ, ਦੇਖ ਲਾ ਪਾਣੀ ਫੇਰ ਸਟਾਰਟ ਹੋ ਗਿਆ। ਆਪਣੇ ਕੋਲੇ ਨਾ ਯਾਰ ਕਾਹਲੀ ਦੇ ਵਿੱਚ ਕੀ ਹੋਇਆ, ਅਸੀਂ ਗੈਸ ਚੁੱਲ੍ਹਾ ਚੱਕ ਲਿਆ ਅਤੇ ਸਾਡੇ ਕੋਲੇ ਜਿਹੜੇ ਪਤੀਲਾ ਮਹਾਰਾਜ ਜੀ ਉਹ ਘਰੇ ਰਹਿ ਗਏ, ਅਤੇ ਹੁਣ ਅਸੀਂ ਖੜੀਏ ਅਤੇ ਬਣਾਈਏ ਕਿ ਸਾਨੂੰ ਸਮਝ ਤੋਂ ਬਾਹਰ ਆ। ਮਜ਼ਾ ਆ ਗਿਆ ਯਾਰ, ਮਜ਼ਾ ਆ ਬਾਹਰ। ਕੁੱਕੜ ਵਾਕੇ ਬਈ ਉਹ ਕਿਤੋਂ ਇੱਥੇ ਫਿਰਦਾ, ਉਹ ਜੰਗਲੀ ਜਿਹਾ ਹੀ ਲੱਗਦਾ, ਘਰ ਤਾਂ ਹੈ ਨਹੀਂ ਇੱਥੇ ਕੋਈ। ਗੋਪਾਲ ਕੀ ਖਵਾਏਗਾ, ਸੈਲਡ ਤਿਆਰ ਹੋ ਰਿਹਾ। ਹੋ ਗਿਆ ਬਾਹਲਾ ਨਾ ਉਹ ਜੇ ਆਪਣਾ ਚਟਨੀ ਜੀ ਨਾ ਬਣਾ ਦੀ, ਬਣ ਗਈ ਨਾ, ਨਜ਼ਾਰਾ ਆ ਗਿਆ ਬਸ। ਅਸੀਂ ਭਰਾ ਜੀ ਐਸ ਕੀ ਇੱਕ ਰਾਤ ਹੀ ਲਾਉਣੀ ਸੀ, ਇਸ ਕਰਕੇ ਸਾਡੇ ਜਿਹੜੇ ਖਾਨੇ ਆ ਖਾਲੀ ਹੈ, ਕੁਛ ਜ਼ਿਆਦਾ ਨਹੀਂ ਚੱਕਿਆ। ਅਤੇ ਸਾਡੀ ਦੇਖੋ ਦਿਮਾਗ ਦੇਖੋ ਸਾਡਾ, ਅਸੀਂ ਗੈਸ ਚੱਕ ਲਿਆ, ਸਿਲੰਡਰ ਦੇ ਨਾਲ ਚੱਕ ਲਏ, ਸੀਖਾਂ ਦੀ ਡੱਬੀ ਚੱਕ ਲਈ ਅਤੇ ਪਤੀਲਾ ਭੁੱਲ ਗਏ। ਹੁਣ ਪਤੀਲਾ ਅੱਡ ਲੈਣਾ ਪੈਣਾ ਆਪਾਂ ਨੂੰ, ਸਹੀ ਹੈ, ਜ਼ੋਰ ਲਓ ਬਾਈ ਜੀ ਜ਼ੋਰ। ਇਕੱਲਾ ਪੈਨ ਚਲਾਉਣਾ ਹੀ ਜਾਣਦੇ ਤੁਸੀਂ, ਟਮਾਟਰ ਬਾਅਦ ਚ ਪਾਇਆ ਤੇ ਉਹਨੂੰ ਦੋ ਕਰਕੇ ਪਾ ਲੈਣਾ ਸੀਗਾ, ਦੋ ਕਿੱਥੋਂ
ਕਰਦ ਵੀ ਹੈ ਨੀ। ਅਸੀਂ ਕੁਛ ਜ਼ਿਆਦਾ ਹੀ ਐਡਵੈਂਚਰ ਟ੍ਰਿਪ 'ਤੇ ਨਿਕਲੇ ਹਾਂ ਵੀ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਵੀ ਗੈਸ ਚੱਕ ਲਿਆ, ਚੁੱਲ੍ਹਾ ਚੱਕ ਲਿਆ ਅਤੇ ਪਤੀਲਾ ਨਹੀਂ ਚੱਕਿਆ, ਸਲਾਦ ਚੱਕ ਲਿਆ ਅਤੇ ਕਰਦ ਨਹੀਂ ਚੱਕੀ। ਇਸ ਹਿਸਾਬ ਨਾਲ ਸਾਡਾ ਐਡਵੈਂਚਰ ਟ੍ਰਿਪ। ਕਿਸੇ ਮਰੇ ਦਾ ਆਪਾਂ ਲੋਕ ਹੀ ਸੋਗ ਨਹੀਂ ਮਨਾਉਂਦੇ ਇਕੱਲੇ, ਕੁਛ ਜੀਵ ਜੰਤੂ ਵੀ ਐਸੇ ਹੁੰਦੇ ਆ ਕਿ ਕਿਸੇ ਮਰੇ ਦਾ ਸੋਗ ਮਨਾਉਂਦੇ ਆ। ਇਹਨਾਂ ਦੇ ਵਿੱਚੋਂ ਦੋ ਤਿਤਲੀਆਂ ਮੇ ਵੀ ਸਾਡੀ ਕਾਰ ਥੱਲੇ ਤਾਂ ਨਹੀਂ ਆਈਆਂ ਸਾਨੂੰ ਪਤਾ, ਪਰ ਕਿਸੇ ਨਾ ਕਿਸੇ ਚੀਜ਼ ਥੱਲੇ ਆ ਕੇ ਮਰ ਗਈਆਂ। ਬਾਕੀ ਤਿਤਲੀਆਂ ਉੱਥੇ ਆ ਕੇ ਕੁਛ ਸੋਗ ਕਰ ਰਹੀਆਂ, ਕੀ ਕਰ ਰਹੀਆਂ ਸਮੇਂ ਤੋਂ ਬਾਹਰ। ਆਹ ਬਾਈ ਸਾਡੇ ਨਾਲ, ਬਾਈ ਜੀ ਕੀ ਨਾਮ ਹੈ ਤੁਹਾਡਾ? ਸੰਦੀਪ, ਇੱਥੋਂ ਹੀ ਆ ਲੋਕਲ ਬਾਈ ਜੀ ਇਹ। ਅਤੇ ਭਾਅ ਜੀ ਇਹ ਦੱਸ ਰਹੇ ਆ ਕਿ ਆਹ ਜਿਹੜੀ ਸੁਰੰਗ ਆ ਇਹ ਇਹਨਾਂ ਦੇ ਬਜ਼ੁਰਗਾਂ ਨੇ ਹੀ ਗਾਂਹ ਤੋਂ ਗਾਂਹ ਜਿਵੇਂ ਵੱਡੇ ਵਡੇਰਿਆਂ ਨੇ ਬਣਾਈ ਹੋਈ ਹੈ। ਇਹਦਾ ਕੀ ਕਾਰਨ ਸੀ ਬਾਈ, ਇਹ ਕਿਉਂ ਬਣਾਈ ਗਈ ਸੀ? ਅੱਛਾ, ਪਾਣੀ ਦੀ ਕਮੀ ਕਰਕੇ ਲਾ ਲਈਏ। ਸੀਗੀ ਸੀਗੀ, ਓਕੇ। ਅੱਛਾ ਅੱਛਾ ਅੱਛਾ, ਤੇਰੇ ਬੂਟ ਬਾਈ ਗੰਦੇ ਹੋ ਜਾਣੇ। ਮੈਂ ਤਾਂ ਹੈਗਾ ਇਹਦੇ 'ਚ ਚੱਪਲਾਂ 'ਚ, ਅਤੇ ਤੂੰ ਵੇਖ ਲਾ ਜੇ ਆਉਣਾ ਤਾਂ। ਸੁੱਕੇ ਸੁੱਕੇ ਆ ਜਾ ਇੱਧਰੋਂ। ਗਾਓ ਕਿਵੇਂ ਬਾਈ, ਆਈ ਆ ਕਿ? ਆ ਜਾ ਫਿਰ ਇੱਧਰੋਂ, ਪਾਣੀ 'ਚ ਪੈਰ ਨਾ ਰੱਖੀ। ਪਾਣੀ ਵੈਸੇ ਬਹੁਤ ਸਾਫ਼ ਹੈ, ਪਰ ਤੂੰ ਧਿਆਨ ਨਾਲ ਆਈ ਆ ਪਾਸੇ ਪਾਸੇ। ਹਾਂ ਯਾਰ, ਕਿਆ ਬਾਤ ਆਈ ਬਾਈ। ਇਹ ਫਿਰ ਪਹਾੜ ਜਿਹੜਾ ਇਹ ਪੱਕਾ ਪਹਾੜ ਹੈ, ਅਤੇ ਇਹਨੂੰ ਖੋਦਿਆ ਕਾਹਦੇ ਨਾਲ? ਹੋ ਇਹਨੂੰ ਕਿਵੇਂ, ਮਤਲਬ ਉਹ ਖੋਦਿਆ ਕਾਹਦੇ ਨਾਲ ਇਹ ਫਿਰ? ਕਿੰਨੇ ਕਿੰਨੇ ਚਿਰ ਪੁਰਾਣੀ ਗੱਲ ਦੱਸ ਰਹੇ ਹੋ ਤੁਸੀਂ? ਮਤਲਬ ਅੱਜ ਤੋਂ ਪੜਦਾਦਿਆਂ ਦੀ ਉਮਰ ਦੀ ਗੱਲ ਹੋਊ? ਆ ਜਾ ਭਰਾ, ਆ ਜਾ। ਆ ਮੁਸ਼ਕਿਲ ਜਿਹਾ ਕਾਹਦਾ ਆਉਂਦਾ ਬਾਈ ਇੱਥੇ? ਅੱਛਾ, ਜਾਂ ਟਾਈਗਰ ਨੇ ਤੇ ਜਾਂ ਫਿਰ ਤੇਂਦੂਏ ਨੇ। ਆ ਕਿੱਧਰ ਨੂੰ ਗਿਆ? ਠੀਕ ਆ, ਇੱਦੇ ਅੱਗੇ ਬਸ ਨਹੀਂ ਦੇਖਣਾ, ਅੱਗੇ ਦੇਖ ਸਕਦੇ ਹੋ? ਨਾ ਭਰਾਵਾ, ਡਰ ਜਾ ਲੱਗਦਾ। ਚਲੋ ਫਿਰ
ਸਾਨੂੰ ਟ੍ਰੈਕਿੰਗ ਵੀ ਕਰਾਈ ਤੇ ਇੰਜੋਏ ਕਰਾਇਆ, ਜਿਹੜਾ ਨਜ਼ਾਰਾ ਲਿਆਤਾ। ਚਾਹ ਦੇ ਨਾਲ ਆਨੰਦ ਮਾਣਦੇ ਮਿੱਤਰ ਸਾਡੇ ਗੁਰਪੀ, ਗੁਰਪ੍ਰੀਤ ਉਰਫ ਗੋਪਾਲ, ਅਤੇ ਨਾਲ ਸਾਡੀ ਸੰਗਤ ਦੇ ਵਿੱਚ ਆ ਚੁੱਕੀ ਇੱਕ ਕੋਮਨ ਮੈਨ ਆ, ਕਹਿੰਦੇ ਆ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਇਹਨੂੰ ਸਿੱਧੇ ਤਰੀਕੇ ਨਾਲ ਕਹਿੰਦੇ ਗਿਟਾਰ। ਪੰਜਾਬ ਦੇ ਜੰਗਲਾਂ ਵਿੱਚ ਦੀ ਜਦੋਂ ਜਾਣਾ ਹੋਵੇ ਤਾਂ ਹੁਸ਼ਿਆਰਪੁਰ ਦੇ ਜੰਗਲ ਵੀ ਫੀਲਿੰਗ ਦਿੰਦੇ ਆ ਬਾਈ ਜੀ ਰਣਥੰਬੌਰ ਵਾਲੀ। ਮੈਂ ਭੁਲੇਖੇ 'ਚ ਫਿਰਦਾ ਸੀ, ਮੈਨੂੰ ਬਾਈ ਨੇ ਦੱਸਿਆ ਵੀ ਇੱਥੇ ਕਦੇ ਕਦਾਈ ਜਿਹੜੇ ਲਾਈਨ ਵਾਲੇ ਟਾਈਗਰ ਆ ਜਿਹੜੇ ਰਣਥੰਬੌਰ ਦੇ ਵਿੱਚ ਹੁੰਦੇ ਆ ਉਹ ਵੀ ਦੇਖ ਜਾਂਦੇ ਆ, ਪਰ ਕਿਸਮਤ ਹੈ, ਕਿਸਮਤ 'ਤੇ ਰਾਤ ਨੂੰ ਦੇਖਣ ਦੇ ਜ਼ਿਆਦਾ ਚਾਂਸ ਹੁੰਦੇ ਆ ਉਹਨਾਂ ਦੇ, ਹੈਗੇ ਆ ਟਾਵੇਂ ਟਾਵੇਂ। ਬੀਹੜ ਜੰਗਲੋਂ ਕੇ ਅੰਦਰ ਸੇ ਗੁਜ਼ਰਤੇ ਹੋਏ ਮੈਂ ਔਰ ਗੋਪਾਲ, ਆਹ ਥਾਂ 'ਤੇ ਜਿੱਥੇ ਅਸੀਂ ਫਿਰਦੇ ਜੇ, ਪਰ ਸਾਨੂੰ ਅੱਧਾ ਘੰਟਾ ਨਾ ਘੰਟਾ ਸਾਨੂੰ ਖੜ੍ਹਨਾ ਪਿਆ। ਇੱਥੇ ਪਾਈਪ ਲਾਈਨ ਵਿਛ ਰਹੀ ਆ ਅਤੇ ਉਹ ਜੇ ਸੀ ਬੀ ਨੇ ਥਾਂ ਪੱਟਿਆ ਹੋਇਆ ਸੀ, ਸਾਨੂੰ ਘੰਟੇ ਵਾਂਗੂ ਖੜ੍ਹਨਾ ਪਿਆ। ਬਾਈ ਜੀ ਬੋੜ ਵੇਖ, ਇੱਥੇ ਬੋੜ ਦਾ ਦਰਖਤ ਆਊਗਾ ਇੱਕ, ਕਹਿੰਦੇ ਵੀ ਉਹਦੇ ਤੋਂ ਖੱਬੇ ਹੋਣਾ, ਹਜੇ ਚੱਲੀ ਚੱਲ ਯਾਰ, ਹਜੇ ਤਾਂ ਦੇਖ ਹਜੇ ਨਹੀਂ ਆਉਂਦਾ ਬੋੜ ਦਾ ਦਰਖਤ, ਦੇਖ ਲਓ। ਆਹ ਜਿਹੜਾ ਰਸਤਾ ਸਾਰੇ ਦਾ ਸਾਰਾ ਬਾਈ ਜੀ, ਗੱਲ ਇਹ ਆ ਵੀ ਮੈਨੂੰ ਲੱਗਦਾ ਰਸਤਾ ਇਹ ਸੜਕਾਂ ਵਾਲਾ ਗੱਡੀਆਂ ਵਾਲਾ ਕਦੇ ਕਦੇ ਹੁੰਦਾ, ਜਦੋਂ ਇੱਥੇ ਮੀਂਹ ਪੈਂਦੇ ਆ ਪੂਰੇ ਅਤੇ ਆਹ ਇੱਥੋਂ ਪਾਣੀ ਵਗ ਤੁਰਦਾ ਪੂਰੇ ਦਾ ਪੂਰਾ, ਦੇਖਦਾ ਪਿਆ ਵੀ ਇੱਥੇ ਪਾਣੀ ਦਾ ਵਹਾਅ ਰਹਿੰਦਾ, ਬਹੁਤ ਮਤਲਬ ਅਲੱਗ ਜਿਹੀ ਐਕਸਪੀਰੀਅੰਸ ਹੈ ਇੱਥੇ। ਕੀ ਦੱਸੀਏ ਯਾਰ ਤੁਹਾਨੂੰ ਇਸ ਜਗ੍ਹਾ ਦਾ ਸੁਹੱਪਣ, ਆਨੰਦ ਆ ਜਾਂਦਾ ਆਨੰਦ। ਪਰ ਇਹ ਆਨੰਦ ਬਈ ਆਪਣੇ ਵਰਗੇ ਲੋਕਾਂ ਵਾਸਤੇ ਜ਼ਰੂਰ ਆ ਜਿਹੜੇ ਆਪਾਂ ਉੱਧਰੋਂ ਬਿਲੋਂਗ ਕਰਦੇ ਹਾਂ ਪੰਜਾਬ ਦੇ ਹੋਰ ਹਿੱਸਿਆਂ ਤੋਂ, ਇੱਥੋਂ ਦੇ ਜਿਹੜੇ ਪੰਜਾਬੀ ਆ ਜਾਂ ਕਹਿ ਲਈਏ ਵਸਨੀਕ ਆ ਇੱਥੋਂ ਦੇ ਜਿਹੜੇ, ਉਹ ਉਹਨਾਂ ਦਾ ਜੀਵਨ ਹੀ ਆਪਣਾ ਔਖਾ ਹੋਇਆ ਪਿਆ, ਕਿਉਂਕਿ ਨਾ ਇੱਥੇ ਮੁੱਢਲੀਆਂ ਸਹੂਲਤਾਂ ਇੰਨੀਆਂ ਡਿਵੈਲਪ ਨਹੀਂ ਹੋਈਆਂ ਜਿਵੇਂ ਇਹ ਸੜਕ ਹੈ, ਅਤੇ ਇੱਥੇ ਮੋਬਾਈਲ ਦੇ ਨੈੱਟਵਰਕ ਘੱਟ ਆ, ਅਤੇ ਫਿਰ ਜਿਹੜੇ ਇੱਥੇ ਰਾਤ ਨੂੰ ਆਉਣਾ ਜਾਣਾ ਕੁਛ ਔਖਾ, ਕਿਉਂਕਿ ਜੰਗਲੀ ਜਾਨਵਰ ਬਹੁਤ ਆ, ਤੇਂਦੂਏਆਂ ਦੀ ਤਾਦਾਦ ਇੱਥੇ ਬਹੁਤ ਜ਼ਿਆਦਾ ਹੈ, ਤੇਂਦੂਏ ਬਹੁਤ ਜ਼ਿਆਦਾ ਹੈ। ਅਤੇ ਦੂਸਰੀ ਗੱਲ ਜਿਹੜੇ ਹੋਰ ਜੰਗਲੀ ਜਾਨਵਰ ਆ ਜਿਵੇਂ ਲੂੰਬੜੀਆਂ ਵਗੈਰਾ ਹੈਗੀਆਂ ਕਹਿੰਦੇ, ਅਤੇ ਹੋਰ ਉਹਨੂੰ ਪਰੇਸ਼ਾਨ ਕਰਦੇ ਆ, ਕੁਛ ਹਿਰਨ ਵਗੈਰਾ ਹੈਗੇ ਆ, ਜੇ ਕੁਛ ਇੱਥੇ ਕੋਈ ਬੰਦਾ ਉਗਾਉਂਦਾ ਤਾਂ ਉਹ ਵੀ ਖਰਾਬ ਹੁੰਦਾ। ਜ਼ਿਆਦਾ ਮੈਂ ਵੇਖਿਆ ਥਾਵਾਂ ਦੇ ਉੱਤੇ ਨਾ ਲੋਕਾਂ ਨੇ ਲੈ ਕੇ ਇੱਥੇ ਆਪਦੀ ਸਫੈਦਿਆਂ ਦੀ ਪੈਦਾਵਾਰ ਕੀਤੀ ਹੋਈ ਹੈ, ਤਾਂ ਕਿ ਹੋਰ ਤਾਂ ਇੱਥੇ ਪੋਸੀਬਲ ਨਹੀਂ ਹੁੰਦਾ, ਅਤੇ ਜਿਹੜੀਆਂ ਚੀਜ਼ਾਂ ਇੱਥੇ ਪੋਸੀਬਲ ਆ ਸਫੈਦਾ ਜਾਂ ਪਾਪੂਲਰ ਆ ਜਿਨ੍ਹਾਂ ਨੂੰ ਇੱਥੋਂ ਦੇ ਬੰਦੇ ਪੈਦਾ ਕਰਕੇ ਵੇਚ ਕੇ ਅਤੇ ਆਪਦੀ ਕਮਾਈ ਕਰਦੇ ਆ। ਬਾਂਸ ਦੀ ਖੇਤੀ ਵੀ ਬਹੁਤ ਜ਼ਿਆਦਾ ਹੈ, ਮੈਂ ਦੇਖੀ ਕਿਤੇ ਕਿਤੇ ਬਾਂਸ ਦੀ ਖੇਤੀ ਵੀ ਬਹੁਤ ਜ਼ਿਆਦਾ ਹੈ। ਫਿਰ ਹੋਰ ਨਜ਼ਾਰੇ ਵੱਧ ਹੋਣੇ, ਮੈਂ ਉੱਥੇ ਇਕੱਲਾ ਹੋ ਕੇ ਨਾ ਉਵੇਂ ਖੁੱਲ੍ਹ ਕੇ ਘੁੰਮ ਨਹੀਂ ਸਕਿਆ, ਕਿਸੇ ਦੇ ਫੀਡ ਕਰਨਾ ਵੀ ਔਖਾ ਔਖਾ ਹੋਇਆ। ਦੋ ਬੰਦੇ ਹੁਣ ਆਪਾਂ ਦੇਖ, ਮੈਂ ਦੋ ਜਣੇ ਜਾ ਕੇ ਆਪਾਂ ਵੈਸੇ ਇੱਕ ਵਿਚਾਰ ਕਰਦੇ ਹਾਂ, ਵੈਸੇ ਆਪਾਂ ਜੁੜ ਕੇ ਚਾਹ ਵੀ ਪੀਤੀ।
ਗੱਲ ਆ ਵੀ ਇੱਥੇ ਜਿਵੇਂ ਇੰਨਾ ਪਾਣੀ ਪੂਣੀ ਆ ਹਨਾ, ਆਪਣੇ ਮੱਛਰ ਨਹੀਂ ਕੋਈ ਲੜਿਆ, ਮੱਛਰ ਹੈ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਪਾਣੀ ਹੈ ਵੀ ਉੱਥੇ ਸਲਾਬਿਆ ਏਰੀਆ, ਮੱਛਰ ਹੋ ਸਕਦਾ, ਮੱਛਰ ਹੁੰਦਾ ਹੀ ਉੱਥੇ ਹੈ। ਇੱਥੇ ਬਾਈ ਗੰਦਾ ਪਾਣੀ ਨਹੀਂ ਹੈ, ਇੱਥੇ ਸਾਫ਼ ਪਾਣੀ ਹੈ, ਵਗੀ ਜਾਂਦਾ ਪਾਣੀ ਤਾਂ ਹਰ ਪਾਸੇ, ਮੱਛਰ ਨਾਂ ਦੀ ਚੀਜ਼ ਹੀ ਹੈ ਨਹੀਂ। ਕਰਕੇ ਉਹ ਜਿਹੜਾ ਝਰਨੇ ਟੁੱਟਣ ਲੱਗ ਗਿਆ ਉਹਦੇ ਕਰਕੇ ਸਾਰਾ ਪਾਣੀ, ਪਤਾ ਨਹੀਂ ਕਿਵੇਂ ਇੰਨਾ ਸ਼ੁੱਧ ਹੋ ਗਿਆ ਆਉਂਦਾ ਪਿਆ। ਦੇਖੇ ਟਾਇਰ ਟੂਰੀ ਵਿੱਚ ਘੁਲੀ ਜਾਂਦੇ ਪਾਣੀ, ਤੂੰ ਬੋਤਲ 'ਚ ਭਰ ਲਾ ਬਈ ਇੱਥੋਂ, ਮੰਨ ਕੇ ਵੇਖ ਲਾ, ਜਮਾਂ ਤੈਨੂੰ ਕੋਲੈਸਟਰੋਲ ਕਲੀਅਰ ਪਾਣੀ ਮਿਲੂਗਾ। ਕਿਉਂਕਿ ਜਿਹੜਾ ਰੇਤਾ ਨਾ ਇਹ ਆਪ ਹੀ ਇੱਕ ਫਿਲਟਰ ਹੈ, ਆਪਣੇ ਆਪ 'ਚ ਇਹ ਸਾਰੇ ਤਰੁੱਟੀਆਂ ਵਿੱਚ ਕੱਢ ਲੈਂਦਾ ਆਪਦੇ ਵਿੱਚ ਅਤੇ ਪਾਣੀ ਨੂੰ ਨਿਰਮਲ ਕਰਕੇ ਭੇਜੀ ਜਾਂਦਾ। ਦੇਖੋ ਬਾਈ ਜੀ, ਜਦੋਂ ਆਪਾਂ ਘੁੰਮਣ ਆਉਂਦੇ ਹਾਂ ਨਾ ਉਦੋਂ ਦੋ ਗੱਲਾਂ ਹੁੰਦੀਆਂ, ਇੱਕ ਤਾਂ ਤੁਹਾਡੇ ਅਕੋਰਡਿੰਗ ਜਿਹੜਾ ਸਾਰਾ ਕੁਛ ਹੋ ਜਾਂਦਾ, ਇੱਕ ਤੁਹਾਡੇ ਅਕੋਰਡਿੰਗ ਜਿਹੜਾ ਸਾਰਾ ਕੁਛ ਨਹੀਂ ਹੁੰਦਾ। ਸਾਡੇ ਅਕੋਰਡਿੰਗ ਵਿਚਾਲੜਾ ਜਿਹਾ ਕੰਮ ਹੋ ਗਿਆ ਵੀ ਅਸੀਂ ਆਹ ਜਿਹੜਾ ਨਾਲਾ ਵਗਦਾ ਆ ਰਿਹਾ ਜਾਂ ਪਾਣੀ ਵਗਦਾ ਆ ਰਿਹਾ ਜਾਂ ਸਾਫ਼ ਪਾਣੀ ਹੈ ਇਹ ਵਗਦਾ ਆ ਰਿਹਾ ਅਤੇ ਇਹਨੂੰ ਫੋਲੋ ਕਰਦੇ ਆਏ ਹਾਂ, ਅਤੇ ਫੋਲੋ ਕਰਦੇ ਕਰਦੇ ਅਸੀਂ ਇੱਕ ਵਿੱਚੋਂ ਸੜਕ ਮਿਸ ਕਰਤੀ ਜਿਹੜੀ ਥਾਣਾ ਡੈਮ ਦੇ ਉੱਤੋਂ ਦੀ ਜਾਂਦੀ ਹੈ। ਅਸੀਂ ਫਿਰ ਉਸੇ ਥਾਣਾ ਡੈਮ ਦੀ ਝੀਲ ਦੇ ਬਰਾਬਰ ਆ ਗਏ ਹਾਂ ਜਿੱਥੇ ਸਵੇਰੇ ਬੋਟਿੰਗ ਕੀਤੀ ਸੀ। ਬੋਟਿੰਗ ਇੱਥੇ ਹੀ ਕੀਤੀ ਸੀ, ਉਹ ਥਾਣਾ ਡੈਮ ਹੈ, ਆਹ ਸਾਰਾ ਪਾਣੀ ਹੈ ਇਕੱਠਾ ਹੋ ਰਿਹਾ, ਆਹ ਦੇਖੋ ਇੱਧਰ ਨੂੰ ਹੌਲੀ ਹੌਲੀ ਨਿਵਾਣ ਵੱਲੀ ਨੂੰ ਪਾਣੀ ਹੁੰਦਾ ਹੁੰਦਾ ਝੀਲ ਬਣਾ ਰਿਹਾ, ਉੱਧਰ ਡੈਮ ਹੈ। ਅਸੀਂ ਕੋਈ ਨਾ ਕੋਈ ਸੜਕ ਇਹੋ ਜਿਹੀ ਮਿਸ ਕੀਤੀ ਹੈ ਜਿਹੜੀ ਪਿੱਛੋਂ ਤੋਂ ਆਹ ਪਹਾੜਾਂ ਦੇ ਪਿੱਛੋਂ ਦੀ ਹੋ ਕੇ ਉਹ ਥਾਣਾ ਡੈਮ ਦੇ ਉੱਤੋਂ ਦੀ ਹੋ ਕੇ ਸਾਨੂੰ ਫਿਰ ਵਾਪਸ ਲੈ ਜੂਗੀ। ਚਲੋ ਹੁਣ ਇਹ ਤਾਂ ਸਾਰੀਆਂ ਗੱਲਾਂ ਆਪਣੇ ਸਫ਼ਰਾਂ ਦੀਆਂ ਰਹਿੰਦੀਆਂ, ਪਰ ਇੰਨਾ ਖੂਬਸੂਰਤ ਏਰੀਆ ਅਸੀਂ ਸੜਕ ਮਿਸ ਹੀ ਤਾਂ ਕੀਤੀ ਹੈ ਕਿ ਅਸੀਂ ਵੇਂਹਦੇ ਰਹਿ ਗਏ, ਸੜਕਾਂ ਇੱਧਰ ਉੱਧਰ ਦੀਆਂ ਸਾਨੂੰ ਧਿਆਨ ਨਹੀਂ ਆਈਆਂ, ਅਸੀਂ ਏਰੀਏ ਨੂੰ ਵੇਖਦੇ ਵੇਖਦੇ ਜਿਵੇਂ ਚਾਲ ਚੱਲੀ ਗਈ, ਇਹਨੂੰ ਫੋਲੋ ਕਰਦੇ ਰਹੇ ਨਾਲੇ ਨੂੰ, ਸੋਚਿਆ ਵੀ ਅੱਗੇ ਜਾ ਕੇ ਕਿਤੇ ਸੜਕ ਨਾ ਮਿਲਾਊਗਾ, ਅਤੇ ਅਸੀਂ ਦਿਮਾਗ 'ਚ ਆਈ ਨਹੀਂ ਸਾਡੇ ਅਤੇ ਹੋਰ ਹੀ ਪਾਸੇ ਨੂੰ ਆ ਗਏ, ਪਰ ਫਿਰ ਵੀ ਬਹੁਤ ਮਜ਼ਾ ਆ ਰਿਹਾ। ਹੁਣ ਅਸੀਂ ਉਹ ਦੇਖ ਰਹੇ ਹਾਂ ਵੀ ਝੀਲ ਇਹ ਬਣ ਕਿਵੇਂ ਰਹੀ ਹੈ, ਜਿਹੜੇ ਨਾਲੇ ਨੂੰ ਫੋਲੋ ਕਰ ਰਹੇ ਹਾਂ, ਜਿਹੜੇ ਪਾਣੀ ਨੂੰ ਫੋਲੋ ਕਰਦੇ ਹਾਂ ਉਹੀ ਆ ਕੇ ਇੱਥੇ ਮਿਲ ਰਿਹਾ, ਅਤੇ ਮਿਲ ਕੇ ਅੱਗੇ ਇੱਕ ਵੱਡੀ ਝੀਲ ਬਣਾ ਰਿਹਾ ਜਿਹਨੂੰ ਅਸੀਂ ਸਵੇਰੇ ਘੁੰਮ ਲਿਆ ਸੀ। ਹੁਣ ਅਸੀਂ ਫਿਰ ਥਾਣਾ ਡੈਮ ਦੇ ਉੱਤੇ ਪਹੁੰਚ ਗਏ ਅਤੇ ਇਸ ਤੋਂ ਪਿੱਛੇ ਜਿਹੜਾ ਆਹ ਜਿਹੜਾ ਦਿਖ ਰਿਹਾ ਟਾਪੂ ਜਿਹਾ ਨਾ, ਇਹਦੇ ਪਿੱਛੇ ਇੱਕ ਜਿੱਥੇ ਅਸੀਂ ਖੜ੍ਹੇ ਸੀ ਹੁਣ ਇਸ ਤੋਂ ਪਿੱਛੇ ਤੁਹਾਨੂੰ ਦੱਸਿਆ, ਉਹ ਥਾਂ ਦੀ ਝੀਲ ਦੇ ਉੱਤੇ ਅਸੀਂ ਜਿਹੜਾ ਕਿਨਾਰਾ ਸੀਗਾ ਇਸ ਝੀਲ ਦਾ ਉੱਥੇ ਆ ਗਏ ਸੀਗੇ। ਫਿਰ ਅਸੀਂ ਇੱਕ ਜਿਹੜੀ ਸੜਕ ਮਿਸ ਕੀਤੀ ਸੀਗੀ ਉਹਨੂੰ ਮਿਸ ਕਰਕੇ ਉਹਨੂੰ ਲੱਭ ਕੇ ਅਤੇ ਉੱਤੋਂ ਦੀ ਆ ਗਏ, ਫਿਰ ਇੱਧਰ ਦੀ ਸਾਰਾ ਫਿਰ ਆ ਗਏ ਅਤੇ ਉਹ ਆਪਣੀ ਖੜ੍ਹੀ ਹੈ ਕਾਰ,